सारेगामा कारवां इस तोहफे में है 5,000 सुनहरे गाने और कुछ यादें। सत्याकाल जी, वादे मुताबिक एक बार फिर हाजिर हाँ मैं। तुसी सुन रहे हो वीकेंड क्लासिक रेडियो शो खुशबू दे नाल सारेगामा पंजाबी यूट्यूब चैनल ते। पंजाबी विरसे दे कई पहलू हन, खाना, पहनावा, बोली ते एना तो इलावा सारे दिलां नू सांझा करन वाला संगीत। ते ऐसे संगीत दे कई रंग ने ते कई कलाकारा ने संगीत ना दे चित्तर विच अपने अनोखे ते पिन पिन रंग भरे। ते एना रंगा नू रला के ही बनी ओ मूरत जिसनू मैं ते तुसी गीत आखते हाँ। सिंगर्स, म्यूजिशियंस, कंपोजर्स ते लेखक एना विच अपना अपना रंग खोल के ऐस नू रंगीन बना देंदे हन। अज एना चो ही असी एक गीतकार ते कवि बारे गल करांगे जिन्हां ने पंजाबी संगीत ते अपना एक नक्श यानी के एक निशान छड्या। तुसा मेरा इशारा बखूबी समझ गए होवोगे। नक्श लियालपुरी साहब, प्रोग्राम दी शुरुआत करने हाँ इन्हां दे गीत मावां ठंडियां छावां नाल। मुड़ के इन्हां दी पर्सनल लाइफ ते नाल करियर ते पड़ावां ते नज़र पावांगे। सुनदे रहो, साडे नाल बने रहो वीकेंड क्लासिक रेडियो शो खुशबू दे नाल। कोई जाने मां जद अखा मीटे मां जद अखा मीटे हासे बन जांदे ने हावा बन जांदे ने हावा Thank you.
ਪਿਆਰ ਦੀ ਗੂੜੀ ਛਾਵੇਂ ਬਹਿ ਕੇ ਮੈਂ ਡਿੱਠਾ ਮਾਂ ਸੁੱਖਾਂ ਦਾ ਬੂਟਾ ਇਹਦੀ ਮਮਤਾ ਦਾ ਫਲ ਮਿੱਠਾ ਹਾਰ ਫੁੱਲਾਂ ਦੇ ਬਣ ਕੇ ਗਲ ਵਿੱਚ ਪੈਂਦੀਆਂ ਮਾਂ ਦੀਆਂ ਬਾਵਾਂ ਪੈਂਦੀਆਂ ਮਾਂ ਦੀਆਂ ਬਾਵਾਂ ਮਾਵਾਂ ਠੰਡੀਆਂ ਛਾਵਾਂ ਮਾਵਾਂ ਠੰਡੀਆਂ ਛਾਵਾਂ ਮਾਵਾਂ ਠੰਡੀਆਂ ਛਾਵਾਂ ਪਛਤਾਵਣ ਮਾਂ ਤੋਂ ਮੁਖੜਾ ਮੋੜਨ ਵਾਲੇ ਸੁਖ ਦੇ ਸਾਨੂੰ ਤਰਸਣ ਮਾਂ ਦੇ ਦਿਲ ਨੂੰ ਤੋੜਨ ਵਾਲੇ ਹੱਸ ਹੱਸ ਕੇ ਜੂੰਦੇ ਨੇ ਜਿਹੜੇ ਹੱਸ ਹੱਸ ਕੇ ਜੂੰਦੇ ਨੇ ਜਿਹੜੇ ਮਾਂ ਦੀਆਂ ਲੈਣ ਦੁਆਵਾਂ ਮਾਂ ਦੀਆਂ ਲੈਣ ਦੁਆਵਾਂ ਆਉਣ ਬਹਾਰਾਂ ਮੜੀ ਹੱਸ ਕੇ ਵੇਖੇ ਜਿਹੜੇ ਪਾਸੇ ਸੁੱਕਦੇ ਫੁੱਲ ਖਿੜਾ ਦਿੰਦਾ ਏ ਸੁੱਕਦੇ ਫੁੱਲ ਖਿੜਾ ਦਿੰਦਾ ਏ ਮਾਵਾਂ ਦਾ ਪਰਛਾਵਾਂ ਮਾਵਾਂ ਦਾ ਪਰਛਾਵਾਂ ਕੱਚੀ ਕੰਧ ਵਾਂਗ ਡਿੱਗ ਪਈ ਸਸਗੇ
ਮਾਲ ਫੜਾ ਜਾਨੀ ਰਹਿ ਰਹਿ ਜਾਣ ਵਾਲੀ ਏ ਓ ਸਾਡਾ ਡਿੱਗਿਆ ਰੁਮਾਲ ਫੜਾ ਜਾਨੀ ਰਹਿ ਰਹਿ ਜਾਣ ਵਾਲੀ ਏ ਓ ਸਾਡਾ ਡਿੱਗਿਆ ਰੁਮਾਲ ਫੜਾ ਜਾ ਨਿਰਾਹ ਰਹਿ ਜਾਣ ਵਾਲੀ ਏ ਨਿਰਾਹ ਰਹਿ ਜਾਣ ਵਾਲੀ ਏ ਨਿਰਾਹ ਰਹਿ ਜਾਣ ਵਾਲੀ ਏ ਤੇਰਾ ਡਿੱਗਿਆ ਰੁਮਾਲ ਫੜਾਵਾ ਤੇਰਾ ਡਿੱਗਿਆ ਓ ਤੇਰਾ ਡਿੱਗਿਆ ਰੁਮਾਲ ਫੜਾਵਾ ਤੂੰ ਪੁੱਤ ਕਿਹੜੇ ਥਾਣੇਦਾਰ ਦਾ ਘੁੰਮਣਾ ਘੁੰਮਣਾ ਤੂੰ ਪੁੱਤ ਕਿਹੜੇ ਥਾਣੇਦਾਰ ਦਾ ਹੱਥ ਸੋਚ ਕੇ ਗੰਦਲ ਨੂੰ ਫਾਵੀ ਨੀ ਕਿਹੜੀਏ ਤੂੰ ਸਾਗ ਤੋੜਦੀ ਓ ਹੱਥ ਸੋਚ ਕੇ ਗੰਦਲ ਨੂੰ ਫਾਵੀ ਨੀ ਕਿਹੜੀਏ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਵੀ ਨਿਕੇੜੀਏ ਤੂੰ ਸਾਗ ਤੋੜਦੀ ਨਿਕੇੜੀਏ ਤੂੰ ਸਾਗ ਤੋੜਦੀ ਨਿਕੇੜੀਏ ਤੂੰ ਸਾਗ ਤੋੜਦੀ ਸੱਕੇ ਸਾਗ ਤੋੜਦੀ ਮੁਰੱਬਿਆਂ ਵਾਲੀ ਸਾਗ ਤੋੜਦੀ ਸਾਗ ਤੋੜਦੀ ਮੁਰੱਬਿਆਂ ਵਾਲੀ ਵੇ ਲੰਘ ਜਾ ਤੂੰ ਪਿੱਠ ਮੋੜ ਕੇ ਘੁੰਮਣਾ ਘੁੰਮਣਾ ਤੂੰ ਲੰਘ ਜਾ ਤੂੰ ਪਿੱਠ ਮੋੜ ਕੇ ਹੋਏ ਮੁਟਿਆਰ ਕੁੜੀ ਸੀ ਭੋਲੀ ਮੁਟਿਆਰ ਕੁੜੀ ਸੀ ਭੋਲੀ ਜੱਟ ਗੱਭਰੂ ਵੇਖ ਕੇ ਡੋਲੀ ਤੇ ਕੱਚੀ ਕੰਧ ਵਾਂਗ ਡਿੱਗ ਪਈ ਤੇ ਕੱਚੀ ਕੰਧ ਵਾਂਗ ਡਿੱਗ ਪਈ ਤੇ ਕੱਚੀ ਕੰਧ ਵਾਂਗ ਡਿੱਗ ਪਈ ਗਾਨੀ ਦਾ ਧਾਗਾ ਟੁੱਟ ਗਿਆ ਗਾਨੀ ਦਾ ਧਾਗਾ ਟੁੱਟ ਗਿਆ ਗਾਨੀ ਦਾ ਧਾਗਾ ਟੁੱਟ ਗਿਆ ਗਾਨੀ ਦਾ ਨੀ ਇੱਕ ਤੇਰਾ ਲੱਕ ਪਤਲਾ ਹਾਏ ਹਾਏ ਨੀ ਇੱਕ ਤੇਰਾ ਲੱਕ ਪਤਲਾ ਦੂਜਾ ਜ਼ੋਰ ਜਵਾਨੀ ਦਾ ਦੂਜਾ ਜ਼ੋਰ ਜਵਾਨੀ ਦਾ ਦੂਜਾ ਜ਼ੋਰ ਜਵਾਨੀ ਦਾ ਦੂਜਾ ਜ਼ੋਰ ਜਵਾਨੀ ਦਾ ਪਿੱਤਲ ਪਿਆ ਨੀ ਬਾਗੇ ਵਿੱਚ ਪਿੱਤਲ ਪਿਆ ਬਾਗੇ ਵਿੱਚ ਪਿੱਤਲ ਪਿਆ ਨੀ ਬਾਗੇ ਵਿੱਚ ਪਿੱਤਲ ਪਿਆ ਨੀ ਮੈਂ ਤੈਨੂੰ ਅੱਖ ਮਾਰੀ ਨੀ ਮੈਂ ਤੈਨੂੰ ਅੱਖ ਮਾਰੀ ਤੇਰਾ ਹਾਸਾ ਨਿਕਲ ਗਿਆ ਨੀ ਤੇਰਾ ਹਾਸਾ ਨਿਕਲ ਗਿਆ ਤੇਰਾ ਹਾਸਾ ਨਿਕਲ ਗਿਆ ਨੀ ਤੇਰਾ ਹਾਸਾ ਨਿਕਲ ਗਿਆ ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ।
ਆਰਟਿਸਟਸ ਅਕਸਰ ਇੱਕ ਮਿਸਟਰੀ ਬਣ ਕੇ ਰਹਿੰਦੇ ਹਨ ਅਤੇ ਕਈ ਵਾਰ ਤਾਂ ਉਹਨਾਂ ਦਾ ਨਾਂ ਵੀ ਉਹ ਨਹੀਂ ਹੁੰਦਾ ਜਿਸ ਨਾਂ ਨਾਲ ਅਸੀਂ ਉਹਨਾਂ ਨੂੰ ਪਛਾਣਦੇ ਹਾਂ, ਜਿਵੇਂ ਕਿ ਦਿਲੀਪ ਕੁਮਾਰ ਸਾਹਿਬ। ਉਹਨਾਂ ਤਰ੍ਹਾਂ ਹੀ ਕੀ ਤੁਹਾਨੂੰ ਪਤਾ ਹੈ ਨਕਸ਼ ਲਿਆਲਪੁਰੀ ਉਹਨਾਂ ਦਾ ਅਸਲ ਨਾਂ ਨਹੀਂ ਸੀ। ਉਹਨਾਂ ਦਾ ਜਨਮ ਵੇਲੇ ਮਿਲਿਆ ਨਾਂ ਸੀ ਜਸਵੰਤ ਰਾਏ ਸ਼ਰਮਾ ਅਤੇ ਲਿਆਲਪੁਰ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਉਹਨਾਂ ਦਾ ਜਨਮ ਸਥਲ ਸੀਗਾ। 22 ਫਰਵਰੀ 1928 ਨੂੰ ਜਨਮੇ ਇਹਨਾਂ ਦੇ ਪਿਤਾ ਜੀ ਮਕੈਨੀਕਲ ਇੰਜੀਨੀਅਰ ਸੀ ਅਤੇ ਇਹੀ ਸੁਪਨਾ ਉਹਨਾਂ ਨੇ ਇਹਨਾਂ ਵਾਸਤੇ ਵੀ ਵੇਖਿਆ। ਬਾਕੀ ਸਭ ਤਾਂ ਠੀਕ ਸੀਗਾ, ਪਰ ਉਹ ਗੱਲ ਜਿਸ ਤੋਂ ਉਹਨਾਂ ਨੂੰ ਖਿੱਚ ਚੜ੍ਹਦੀ ਸੀ ਉਹ ਸੀ ਇਹਨਾਂ ਦਾ ਸੱਭਿਆਚਾਰ ਵੱਲ ਰੁਝਾਨ। ਇਸ ਖਟਾਸ ਤੋਂ ਬਾਅਦ ਇੱਕ ਬਦਲਾਵ ਹੋਰ ਇਹਨਾਂ ਦੇ ਜੀਵਨ ਵਿੱਚ ਆਇਆ। ਉਸ ਨਾਲ ਪਿਓ ਪੁੱਤਰ ਦਾ ਰਿਸ਼ਤਾ ਜਮ੍ਹਾਂ ਹੀ ਖਤਮ ਵਰਗਾ ਹੋ ਗਿਆ। ਉਹ ਸੀ ਇਹਨਾਂ ਦੀ ਮਾਤਾ ਜੀ ਦੀ ਮੌਤ ਤੋਂ ਬਾਅਦ ਪਿਓ ਦਾ ਦੂਜਾ ਵਿਆਹ। 1946 ਵਿੱਚ ਇਹਨਾਂ ਨੇ ਪਹਿਲਾਂ ਪਬਲੀਕੇਸ਼ਨ ਵਿੱਚ ਕੰਮ ਕੀਤਾ ਅਤੇ ਫਿਰ ਕੰਮ ਦੀ ਤਲਾਸ਼ ਵਿੱਚ ਲਾਹੌਰ ਚਲੇ ਗਏ ਅਤੇ ਬਟਵਾਰੇ ਤੋਂ ਬਾਅਦ ਲਖਨਊ। ਪਰ ਇਹਨਾਂ ਦੀ ਆਖਰੀ ਮੰਜ਼ਿਲ ਰਹੀ ਮੁੰਬਈ, ਜਿੱਥੋਂ ਦੀ ਇਹਨਾਂ ਦੀ ਜ਼ਿੰਦਗੀ ਦੀ ਗੱਲ ਕਰਾਂਗੇ ਇਹਨਾਂ ਗੀਤਾਂ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਚੰਬੇ ਦੀਏ ਡਾਲੀਏ ਨੀ, ਵੇਖ ਗੁਲਪਾਂ ਦੀ ਠੰਡੀ ਛਾਂ, ਮੈਂ ਬਹਿ ਗਿਆ ਲੈ ਕੇ ਤੇਰਾ ਨਾਂ। ਵੀ ਸਰੂ ਦੀਆਂ ਬੂਟੀਆਂ ਵੇ, ਵੀ ਸਰੂ ਦੀਆਂ ਬੂਵੇ, ਪਿਆਰ ਦੀ ਸੋਤੇ ਨੂੰ ਚੱਲਾ, ਮੈਂ ਫੜ ਕੇ ਛੱਡੀ ਤੇਰੀ ਬਾਂ। ਵੀ ਸਰੂ ਦੀਆਂ ਬੂਟੀਆਂ ਵੇ, ਹੋਏ ਹੋਏ ਨੀ ਚੰਬੇ ਦੀਏ ਡਾਲੀਏ ਨੀ। ਫੁੱਲ ਤੇਰੇ ਲਾਲ ਨੀ, ਫੁੱਲਾਂ ਦੀ ਮਿਸਾਲ ਨੀ, ਫੱਬ ਦਾ ਰੰਗ ਲੀ ਦੁਪੱਟਾ ਗੋਰ ਰੰਗ ਤੇ, ਪਿਆਰੀਆਂ ਮਾਰੇ ਤੋਂ ਉਡਾਰੀਆਂ, ਨੱਚ ਦੀ ਜਵਾਨੀ ਆਈ ਤੇਰੇ ਅੰਗ ਅੰਗ ਤੇ, ਵੇਖ ਗੁਲਪਾਂ ਦੀ ਠੰਡੀ ਛਾਂ, ਮੈਂ ਬਹਿ ਗਿਆ ਲੈ ਕੇ ਤੇਰਾ ਨਾਂ। ਨੀ ਚੰਬੇ ਦੀਏ ਡਾਲੀਏ ਨੀ, ਛੱਡ ਇਹ ਖਿਆਲ ਨੀ, ਤੇਰੇ ਨਾਲ ਪਾਈਆਂ ਨੇ ਮੁਹੱਬਤਾਂ ਮੈਂ ਸੱਚੀਆਂ, ਵੇਖ ਗੁਲਪਾਂ ਦੀ ਠੰਡੀ ਛਾਂ, ਮੈਂ ਬਹਿ ਗਿਆ ਲੈ ਕੇ ਤੇਰਾ ਨਾਂ। ਮੈਂ ਉਮੀਦ ਕਰਨੀ ਆ ਤੁਸੀਂ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਦੇ ਇਸ ਐਪੀਸੋਡ ਨੂੰ ਇੰਜੋਏ ਕਰ ਰਹੇ ਹੋਗੇ। ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਤੇ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਇਸ ਐਪੀਸੋਡ ਨੂੰ ਸ਼ੇਅਰ ਕਰੋ। ਉਹ ਵੀ ਤਾਂ ਮਜ਼ੇ ਲੈਣ ਤੇ ਸਾਰੇ ਗਾਮਾ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਉੱਠਦੇ ਆ ਬੈਂਦੇ ਆ ਤੰਗ ਮੈਨੂੰ।
दिल में उमंग दा मैं मर गई, माही गोरे रंग दा मैं मर गई। नित पेड़ा के मेरे बुए अगे खंगदा होए, दिल में उमंग दा मैं मर गई, माही गोरे रंग दा मैं मर गई। नित पेड़ा के मेरे बुए अगे खंगदा होए, दिल में उमंग नगरी। इस शहर नूं तां सुपनिआं दा शहर कहा जांदा है, जिथे जाण वाला वड्डे सुपने ते उम्मीदां दा पिटारा लैके जांदा है। लियालपुरी ने इस शहर विच कदम रख्या 1951 विच, जद उन्हां ने टाइम्स ऑफ इंडिया विच एक प्रूफ रीडर दे तौर ते काम शुरू कीता ते नाल एक नाकाम कोशिश शुरू कीती जिस दा नां सी हिंदी फिल्म इंडस्ट्री। काफ़ी देर इन्हां नूं संघर्ष करना पिया। उस वेले इन्हां दा साथ दित्ता इन्हां दी पत्नी कमलेश ने, जिन्हां तों इन्हां दे तीन बेटे होए। हर किसी दे जीवन विच एक पिलर ऑफ स्ट्रेंथ हुंदा है, जिसका सहारा कोई भी औखा समा पार करा दिंदा है। इन्हां ने स्टेज प्लेज लिखने शुरू किते, जिथे इन्हां नूं मिले डायरैक्टर जगदीश सेठी दे असिस्टेंट ते एक्टर राम मोहन, जिन्हां ने इन्हां नूं सेठी साहब नाल मिलाया। ते इन्हां दी काव्य रचना तों इंप्रैस हो के सेठी साहब ने इन्हां नूं 1953 विच अपनी फिल्म जग्गू विच गीत लिखण दा मौका दिता। गीत सीगा अगर तेरी आंखों से आंखें मिला दूं, जो गाया आशा भोसले जी ने ते कंपोज किया हंस राज बहल ने। अगे कुछ गीत ते फिर लौट के इन्हां दे करियर नूं इस प्रोग्राम दे चरोखे तों देखांगे ते उन्हां दे लिखे गीतां नूं माणांगे। तुसी सुन रहे हो वीकेंड क्लासिक रेडियो शो खुशबू दे नाल। जो तिस पावे सोई होए, नानक दूजा और न कोए। जाने ओ दी करनी, कोई न जाने ओ दी करनी, जो सतगुर मन पावे आप करे ते आप करावे, आप करे ते आप करावे।
पल नाता हर था बस से फेर भी ओले रेंदाए जगदाता चन सूरज दा नूर बने ते चन सूरज दा नूर बने ते फुल्ला विच मुस्कावे आप करे ते आप करावे आप करे ते आप करावे चक्की जन्म मदन दी डोरी ओने अपने हाथ विच रखी ते दर सादी जोत जगावे ते दर सादी जोत जगावे ओ दर जोत बुझावे आप करे ते आप करे ते आप करावे वैद जुलम ते झूठ मकर ना ओनू चंगा लगे ओ सेदा जेड़ा जीवन ओ सेदा जेड़ा जीवन चंगे कम मिलावे आप करे ते आप करे ते आप करावे जद पन्ने कड़ा पाप दा ओ जद पन्ने कड़ा पाप दा ठीक करिया गिनवावे आप करे ते आप करे ते आप करावे कोई न जाने करनी कोई न जाने ओ दी करनी जो सतगुर मन पावे आप करे ते आप करे ते आप करावे साडा ए एपिसोड पसंद आया एस वीडियो नु ऑफलाइन सेव करो ते वेखो कदे भी किते भी मंदे कमी मंदा होवे रोई ते पछताई ना
जान के तू अनजाना अपना हीरा जन्म गवाईना जेड़ा जागदा है उसे दी सवेर बेलिया जेड़ा जागदा है उसे दी सवेर बेलिया बेला हाथ नहीं आना तेरे फेर बेलिया ओ वेला हाथ नहीं आना तेरे फेर बेलिया प्यारियां खुल गया पिंजरा तू मार ले पुकारियां एक पल भी करी ना हुन देर बेलिया एक पल भी करी ना हुन देर बेलिया वेला हाथ नहीं आना तेरे फेर बेलिया कन खोल सुन ले सुने हाँ पर बात दा तुर पमीना हनेरे वल फेर बेलिया तुर पमीना हनेरे वल फेर बेलिया वेला हाथ नहीं होना तेरे फेर बेलिया ओ वेला हाथ नहीं होना तेरे फेर बेलिया ओ वेला हाथ नहीं होना तेरे। तुसी सुन रहे हो वीकेंड क्लासिक रेडियो शो खुशबू दे नाल। हर कवि या गीतकार दा एक लेखन दा तरीका या स्टाइल हुंदा है जिसनू उना दी रचनावां विच वेख्या जा सकदा है। गीत अक्सर किसी मीटर या शायराना अंदाज दे हुंदे हन, पर एना दे गीत कविता दे रूप विच नहीं सी हुंदे, सगो उना विच एक अलग ही गुनगुनाए जान वर्गी क्वालिटी हुंदी सी। उना दे शुरुआती दौर विच उना नू साहिरा हसरता ते शैलेंद्रा नाल मुकाबला करना पिया ते बाद विच गुलजार। इना दे करियर दा ग्राफ अगर ध्यान नाल वेख्या जाए तां कोई एक दो ही लीडिंग म्यूजिक डायरेक्टर्स दी एल्बम्स इना ने कीतियां ते जबरदस्त मुकाबले दे चलदे इन्हां नूं बी ग्रेड फिल्म्स वल चुकना पिया ते बाद विच इन्हां दा रुझान होया पंजाबी सिनेमा वल, जो ना इन्हां ने अपने आप नूं दिता नक्श यानी कि एहो जा ना जिस दी छाप पवे। पर जगदीश राज नाल एहो जा कुछ नहीं होया। बेहद गुणी होण दे बावजूद वह अपने पेन ना यानी कि नक्श लियालपुरी नाल वह छाप नहीं छड पाए जिस दा शायद उन्होंने ख्वाब वेख्या सी। तुहानू पता है तकरीबन 145 म्यूजिक कंपोजर्स नाल काम करन तो बाद भी इन्हां दा नां शायद गीतकारां दी उस लिस्ट विच ना आवे जिन्हां ने कोई मुकाम हासिल किया होवे। पर कुछ मेलोडीज़ एहो जिहियां सीगियां इन्हां दी जिन्हां ते इन्हां दी छाप जरूर पई। उन्हां बारे गल इन्हां गीतां तो बाद। सुनदे रहो, साडे नाल बने रहो, वीकेंड क्लासिक रेडियो शो खुशबू दे नाल। बोतियां मजाजां वालिए सानू वेख के मोड़ न पासानी
बल्ले बल्ले तेरा नखरा हो कानू बुलियां च कुट ले आहासा नी बल्ले बल्ले तेरा नखरा हो कानू बुलियां च कुट ले आहासा नी बल्ले बल्ले तेरा नखरा तेरा रंग नी ओ सोने तेरे अंग नी तू कुड़िए पटाके वर्गी तेरे हथी गुड़ी मेंदी चुन्नी तेरी दिग दिग पेंदी हाय जमानी करदी बोते मजाजा वालिए तूए बदली ते दिल साडा प्यासा नी बले बले तेरा नखरा ओ कानू बुलियां च कुट ले आहासा नी बल्ले बल्ले तेरा नखरा ओ कानू बुलियां च कुट ले आहासा नी बल्ले बल्ले तेरा नखरा मंदिलदार दा ओ तेनू साडे प्यार दा निवास ता ना जाई रुस के तू पहलू प्यार न बहुता पाइए पिछू एना ना तरसाइए नेड़े आ सोनिए बहुते मजाजा वालिए बने प्यार न किधरे तमाशा नी बल्ले बल्ले तेरा नखरा हो कानू बुलियां च कुट ले आहासा नी बल्ले बल्ले तेरा नखरा हो कानू बुलियां च कुट ले आहासा। मैनू बहुत मजा आंदा है जो तुसी भी सानू कुछ कहंदे हो। अपना अनमोल फीडबैक साडे नाल जरूर शेयर करो, थल्ले वाले सेक्शन विच कमेंट करो ते असी जरूर कोशिश करांगे हर एपिसोड नू तुहाडे लई होर मनोरंजक बनान लई। लखां विच माही दे होई पछाण सुना सुना खाते गबरू जवान के अख मस्तानी मेरे माई दी वो चढ़ती जवानी मेरे माई दी लखां विच माही दी होई पछाण सुना सुना खाते गबरू जवान के अख मस्तानी Yeah.
ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਨਕਸ਼ ਲਿਆਲਪੁਰੀ ਨੂੰ ਉਹ ਸਫਲਤਾ ਤਾਂ ਨਹੀਂ ਮਿਲੀ ਜੋ ਕਿ ਕੋਈ ਆਰਟਿਸਟ ਆਪਣੇ ਲਈ ਚਾਹੇਗਾ, ਪਰ ਇਹਨਾਂ ਦੀਆਂ ਕੁਝ ਮੈਲੋਡੀਜ਼ ਕੁਝ ਤੁਨਾ ਇਹੋ ਜਿਹੀਆਂ ਸਨ ਜਿਨ੍ਹਾਂ ਨਾਲ ਇਹਨਾਂ ਨੇ ਆਪਣੀ ਛਾਪ ਜ਼ਰੂਰ ਛੱਡੀ। 1973 ਦਾ ਇਹਨਾਂ ਦਾ ਲਤਾ ਮੰਗੇਸ਼ਕਰ ਦਾ ਗਾਇਆ ਗੀਤ ਰਸਮੇ ਉਲਫਤ ਕੋ ਨਿਭਾਏ, ਇਹ ਗਾਣਾ ਲਤਾ ਜੀ ਨਕਸ਼ ਜੀ ਦੇ ਆਪਣੇ ਸਭ ਤੋਂ ਮਨ ਪਾਉਂਦੇ ਗੀਤਾਂ 'ਚੋਂ ਗਿਣਦੇ ਹਨ। ਉਹ ਦੱਸਦੇ ਹਨ ਕਿ ਉਹ ਨਕਸ਼ ਸਾਹਿਬ ਦੇ ਉਹਨੇ ਨੇੜੇ ਨਹੀਂ ਸੀ ਜਿੰਨਾ ਉਹ ਸ਼ਾਇਦ ਮਜਰੂਹ ਸੁਲਤਾਨਪੁਰੀ ਸਾਹਿਬ ਦੇ ਸੀਗੇ, ਪਰ ਇਹਨਾਂ ਦੀਆਂ ਤਿੰਨ ਰਚਨਾਵਾਂ ਉਹਨਾਂ ਨੂੰ ਬਹੁਤ ਪਸੰਦ ਸੀਗੀਆਂ। ਇੱਕ ਸੀਗੀ ਉਲਫਤ ਮੇਂ ਜ਼ਮਾਨੇ ਕੀ ਹਰ ਰਸਮ ਕੋ ਠੁਕਰਾਓ, ਜੋ ਗਾਣਾ ਸੀਗਾ ਕੌਲ ਗਰਲ ਵਿੱਚ। ਦੂਜਾ ਸੀ ਜੈਦੇਵ ਦਾ, ਤੁਮੇ ਦੇਖਤੀ ਹੂੰ ਤੋ ਲਗਤਾ ਹੈ ਐਸੇ ਜੈਸੇ ਯੁਗੋਂ ਸੇ ਤੁਮੇ ਜਾਣਤੀ ਹੂੰ, ਜੋ ਸੀਗਾ ਬਾਸੂ ਚੈਟਰਜੀ ਦੀ ਫਿਲਮ ਤੁਮਹਾਰੇ ਲਈ ਵਿੱਚੋਂ। ਅਤੇ ਮਦਨ ਮੋਹਨ ਜੀ ਦਾ ਰਸਮੇ ਉਲਫਤ ਕੋ ਨਿਭਾਏ ਤੋ ਨਿਭਾਏ ਕੈਸੇ। ਲਤਾ ਜੀ ਨੇ ਇਸ ਗਾਣੇ ਦੀ ਸਫਲਤਾ ਦਾ ਸ਼੍ਰੇ ਮਦਨ ਮੋਹਨ ਸਾਹਿਬ ਨੂੰ ਹੀ ਦਿੱਤਾ। ਨਾਲ ਦੱਸਦੇ ਨੇ ਕਿ ਉਹਨਾਂ ਨੂੰ ਇਹ ਰਿਕਾਰਡਿੰਗਸ ਅੱਜ ਵੀ ਯਾਦ ਹਨ ਕਿਉਂਕਿ ਸ਼ਾਇਰੀ ਸੀ ਹੀ ਇੰਨੀ ਸੁੰਦਰ, ਇੰਨੀ ਰੋਮਾਂਟਿਕ, ਸਿੰਪਲ ਸ਼ਬਦ ਸੀਗੇ ਪਰ ਦਿਲਾਂ ਨੂੰ ਛੋਣ ਵਾਲੇ। ਨਕਸ਼ ਸਾਹਿਬ ਚੁੱਪ ਚਾਪ ਰਿਕਾਰਡਿੰਗਸ ਦੇ ਦੌਰਾਨ ਉਹਨਾਂ ਨੂੰ ਗਾਉਂਦੇ ਸੁਣਦੇ ਰਹਿੰਦੇ। ਪਤਾ ਹੈ ਇੱਕ ਐਲਬਮ ਵਿੱਚ ਇੱਕ ਬਹੁਤ ਵੱਡੀ ਗੜਬੜ ਵੀ ਹੋ ਗਈ ਸੀ ਜਿਸ ਨਾਲ ਗੁਲਜ਼ਾਰ ਸਾਹਿਬ ਵੀ ਜੁੜੇ ਸੀ, ਉਸ ਬਾਰੇ ਦੱਸਾਂਗੀ ਜ਼ਰੂਰ, ਪਰ ਇਹਨਾਂ ਗੀਤਾਂ ਤੋਂ ਬਾਅਦ। ਸੁਣਦੇ ਰਹੋ, ਸਾਡੇ ਨਾਲ ਬਣੇ ਰਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਬਾਰੇ ਵਿੱਚ ਰੱਖੀਆਂ ਤੇ ਆਉਂਦਾ ਜਾਂਦਾ ਸੁੱਟ ਮੰਗਦਾ, ਤੇ ਆਉਂਦਾ ਜਾਂਦਾ ਸੁੱਟ ਮੰਗਦਾ। ਦੋ ਬੋਤਲਾਂ ਚ ਬਾਰੇ ਵਿੱਚ ਰੱਖੀਆਂ, ਦੋ ਬੋਤਲਾਂ ਚ ਬਾਰੇ ਵਿੱਚ ਰੱਖੀਆਂ ਤੇ ਆਉਂਦਾ ਜਾਂਦਾ ਸੁੱਟ ਮੰਗਦਾ, ਤੇ ਆਉਂਦਾ ਜਾਂਦਾ ਸੁੱਟ ਮੰਗਦਾ। ਹਵੇਲੀ ਲੈ ਜਾ, ਦਿਲ ਦੇ ਕੇ ਹਵੇਲੀ
तेरी अख दा इशारा काफी नी कुड़ी गुलेल वाली है नी कुड़ी गुलेल वाली है तेरी अख दा इशारा काफी तेरी अख दा इशारा काफी नी कुड़ी गुलेल वाली है ਕਰਨੀਆਂ ਤੁਸੀਂ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਦੇ ਇਸ ਐਪੀਸੋਡ ਨੂੰ ਇੰਜੋਏ ਕਰ ਰਹੇ ਹੋਗੇ। ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਤੇ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਇਸ ਐਪੀਸੋਡ ਨੂੰ ਸ਼ੇਅਰ ਕਰੋ। ਉਹ ਵੀ ਤਾਂ ਮਜ਼ੇ ਲੈਣ ਤੇ ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਵੇਖ ਚੜਿਆ ਚਨਾ ਸੋਣੀ ਲੈ ਕੇ ਤੇਰਾ ਨਾਂ ਵੇਖ ਚੜਿਆ ਚਨਾ ਸੋਣੀ Thank you.
ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਆਪਾਂ ਗੱਲ ਕੀਤੀ ਲਤਾ ਮੰਗੇਸ਼ਕਰ ਜੀ ਦੇ ਨਕਸ਼ ਸਾਹਿਬ ਦੇ ਨਾਲ ਕੰਮ ਕਰਨ ਬਾਰੇ। ਇੱਕ ਹੋਰ ਗੀਤ ਜੋ ਇਹਨਾਂ ਦਾ ਬੜਾ ਪਸੰਦ ਆਇਆ ਪਬਲਿਕ ਨੂੰ, ਉਹ ਸੀ ਫਿਲਮ ਕਰੋਂਦਾ ਦਾ ਤੁਮੇ ਹੋ ਨਾ ਹੋ। ਤੁਹਾਨੂੰ ਪਤਾ ਹੈ ਉਸ ਐਲਬਮ ਵਿੱਚ ਗੁਲਜ਼ਾਰ ਸਾਹਿਬ ਨੇ ਵੀ ਕੁਝ ਗੀਤ ਲਿਖੇ ਸੀ ਅਤੇ ਗਲਤੀ ਨਾਲ ਇਸ ਗੀਤ ਦੇ ਗੀਤਕਾਰ ਦੇ ਰੂਪ ਵਿੱਚ ਉਹਨਾਂ ਦਾ ਨਾਂ ਲਿਖਿਆ ਗਿਆ ਅਤੇ ਇਹਨਾਂ ਦਾ ਨਾਂ ਕਿਸੇ ਹੋਰ ਗੀਤ ਅੱਗੇ ਲਿਖਿਆ ਗਿਆ ਜੋ ਸੀਗਾ ਦੋ ਦੀਵਾਨੇ ਸ਼ਹਿਰ ਮੇਂ। ਇਸ ਗੱਲ 'ਤੇ ਤਾਂ ਸ਼ਾਹਰੁਖ ਖਾਨ ਦਾ ਡਾਇਲੋਗ ਯਾਦ ਆ ਰਿਹਾ, ਬੜੇ ਬੜੇ ਦੇਸ਼ੋਂ ਮੇਂ ਐਸੀ ਛੋਟੀ ਛੋਟੀ ਬਾਤੇਂ ਹੋਤੀ ਰਹਿਤੀ ਹੈ। ਅੱਜ ਦਾ ਜ਼ਮਾਨਾ ਤਾਂ ਔਨਲਾਈਨ ਦਾ ਹੈ ਜਿੱਥੇ ਹਰ ਚੀਜ਼ ਮਿਲਦੀ ਹੈ, ਪਰ ਕਿਤਾਬਾਂ ਦੇ ਸ਼ੌਕੀਨ ਨੂੰ ਦੱਸਦਿਆਂ ਕਿ ਲਿਆਲਪੁਰੀ ਸਾਹਿਬ ਨੇ ਦੋ ਕਿਤਾਬਾਂ ਪਬਲਿਸ਼ ਕੀਤੀਆਂ ਜਿਨ੍ਹਾਂ 'ਚੋਂ ਤੇਰੀ ਗਲੀ ਕੀ ਤਰਫ ਇਹਨਾਂ ਦੀ ਨੌਨ ਫਿਲਮੀ ਸ਼ਾਇਰੀ ਦੀ ਕਲੈਕਸ਼ਨ ਹੈ ਅਤੇ ਆਂਗਨ ਆਂਗਨ ਬਰਸੇ ਗੀਤ ਜਿਸ ਵਿੱਚ ਇਹਨਾਂ ਦੇ ਫਿਲਮਸ, ਟੀਵੀ ਸੀਰੀਅਲਸ ਅਤੇ ਮਿਊਜ਼ਿਕ ਐਲਬਮਸ ਵਾਲੇ ਗੀਤ ਹਨ। 1990s ਵਿੱਚ ਇਹਨਾਂ ਨੇ ਫਿਲਮਾਂ 'ਚੋਂ ਇੱਕ ਬ੍ਰੇਕ ਲਈ ਜਿਸ ਨੂੰ ਸਬੈਟੀਕਲ ਵੀ ਕਹਿੰਦੇ ਹਨ, ਪਰ ਕਿਉਂ ਲਈ ਅਤੇ ਕਿਸ ਕਾਰਨ ਦੇ ਚੱਲਦੇ ਉਹ ਵਾਪਸ ਆਏ, ਇਸ ਬਾਰੇ ਗੱਲਾਂ ਇਹਨਾਂ ਗੀਤਾਂ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਚਨਕ ਚਨਕ ਜਵੇਂ ਨੱਚਦੀ ਹਾਏ ਨਿਮ ਸੱਜ ਕੇ ਉੱਤੋਂ ਨਖਰਾ ਵਿੱਚੋਂ ਹੱਸਦੀ ਕੰਨ ਚਨਕ ਚਨਕ ਜਵੇਂ ਨੱਚਦੀ ਸਾਡਾ ਇਹ ਐਪੀਸੋਡ ਪਸੰਦ ਆਇਆ, ਇਸ ਵੀਡੀਓ ਨੂੰ ਆਫਲਾਈਨ ਸੇਵ ਕਰੋ ਤੇ ਵੇਖੋ ਕਦੇ ਵੀ ਕਿਤੇ ਵੀ। ਕਰਦੇ ਤੇਰੇ ਨਾਂ
ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। 90s ਵਿੱਚ ਨਕਸ਼ ਸਾਹਿਬ ਫਿਲਮ ਇੰਡਸਟਰੀ ਵਿੱਚ ਆ ਰਹੇ ਗੀਤਾਂ ਦੇ ਬੋਲਾਂ ਦੀ ਕੁਆਲਿਟੀ ਨਾਲ ਇੰਨੇ ਖਿੱਚ ਗਏ ਕਿ ਉਹਨਾਂ ਨੇ ਕੰਮ ਕਰਨਾ ਹੀ ਛੱਡ ਦਿੱਤਾ। ਇਹਨਾਂ ਦਾ ਇੱਕ ਕਿੱਸਾ ਡੈਲੀ ਬੈਲੀ ਦੇ ਗੀਤ ਡੀਕੇ ਬੋਸ ਨਾਲ ਵੀ ਜੁੜਿਆ ਹੋਇਆ ਹੈ। ਜਦ ਉਹਨਾਂ ਨੇ ਕਿਹਾ ਕਿ ਲਿਰਿਕਸ ਲਿਖਣ ਦਾ ਮਾਧਿਅਮ ਬਹੁਤ ਗਿਰ ਗਿਆ ਹੈ, ਬਣਾਉਣ ਵਾਲੇ ਕਹਿੰਦੇ ਨੇ ਕਿ ਆਡੀਅੰਸ ਇਹੀ ਸੁਣਨਾ ਚਾਹੁੰਦੀ ਹੈ, ਜਦਕਿ ਇਹ ਸੱਚ ਨਹੀਂ ਹੈ, ਬਲਕਿ ਗੱਲ ਇਹ ਹੈ ਕਿ ਉਹਨਾਂ ਕੋਲ ਹੋਰ ਕੋਈ ਉਪਰਾਲਾ ਹੀ ਨਹੀਂ। ਬ੍ਰੇਕ ਲੈਣ ਤੋਂ ਬਾਅਦ ਉਹ ਮੁੜੇ 2005 ਦੀ ਫਿਲਮ ਤਾਜ ਮਹਿਲ ਐਨ ਇਟਰਨਲ ਲਵ ਸਟੋਰੀ ਨਾਲ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਛੱਡ ਗਿਆ ਯਾਰ ਮੇਰਾ, ਮੈਂ ਬੀਮਾਨਾ ਤੇ ਕੀ ਕਰਾਂ। ਮੈਨੂੰ ਕੱਲਾ ਛੱਡ ਗਿਆ ਯਾਰ ਮੇਰਾ, ਮੈਂ ਬੀਮਾਨਾ ਤੇ ਕੀ ਕਰਾਂ। ਦਿਲ ਜੀਣ ਤੋਂ ਹੈ ਬੇਜ਼ਾਰ ਮੇਰਾ, ਦਿਲ ਜੀਣ ਤੋਂ ਹੈ ਕਰਾਂ। ਮੈਨੂੰ ਕੱਲਾ ਛੱਡ ਗਿਆ ਯਾਰ ਮੇਰਾ, ਹਨੇਰਾ ਪਾਇਆ ਏ। ਮੈਥੋਂ ਖੋਲਿਆ ਲੋਕਾਂ ਪਿਆਰ ਮੇਰਾ, ਮੈਥੋਂ ਖੋਲਿਆ ਲੋਕਾਂ ਪਿਆਰ ਮੇਰਾ, ਮੈਂ ਪੀਵਾਨਾ ਤੇ ਕੀ ਕਰਾਂ। ਮੈਨੂੰ ਕੱਲਾ ਛੱਡ ਗਿਆ ਯਾਰ ਮੇਰਾ, ਦਿਲ ਤੁਪਦਾਏ ਉਮਰਾਂ ਤੋਂ ਜਿੰਦੜੀ ਪਿਆਸੀ। ਕੋਈ ਦਰਦੀ ਨਾ ਗਮ ਖਾਰ ਮੇਰਾ, ਕੋਈ ਦਰਦੀ ਨਾ ਗਮ ਖਾਰ ਮੇਰਾ, ਮੈਂ ਪੀਵਾਨਾ ਤੇ ਕੀ ਕਰਾਂ। ਮੈਨੂੰ ਕੱਲਾ ਛੱਡ ਗਿਆ ਯਾਰ ਮੇਰਾ। ਸਾਵਾਂ ਦੀ ਗਿਣਤੀ ਕਰਦਾ ਜਿਉਂਦਾ ਨਾ ਮਰਦਾ, ਟੁੱਟੀ ਬੇੜੀ ਵਿੱਚ ਬੈਠਾ ਨਾ ਡੁੱਬਦਾ ਨਾ ਤਰਦਾ। ਹੁਣ ਯਾਰ ਮੇਰਾ ਨਾ
हट गया यार मेरा, मैं दीवाना ते की करा, मैं दीवाना ते की करा, मैं दीवाना ते की करा। मैनु उम्मीद है तुसी ए एपिसोड एंजॉय कीता। वीकेंड क्लासिक रेडियो शो हर शुक्रवार सारेगामा पंजाबी यूट्यूब चैनल ते रिलीज़ हुंदा है। प्लीज़ सब्सक्राइब करो ता जो असी हर हफ्ते मिल सकिए। हम जाने रहे
पहली पहली बार, पहली पहली बार। कुड़ी मुंडा राजी ते दामन खड़ा तैयार, कुड़ी मुंडा राजी ते दामन खड़ा तैयार। तुसी सुन रहे हो वीकेंड क्लासिक रेडियो शो खुशबू दे नाल। नक्श लियालपुरी जी नू इन्ने साल काम करके कई यादगार गीता मिले, पर सफलता दा ओ उच्चा पदर नहीं मिल पाया। मार्च 2016 विच एक हिप बोन फ्रैक्चर दे चलदे उन्हां नू हॉस्पिटलाइज कीता गया, ते बाद विच 88 सालां दी उम्र विच 22 जनवरी 2017 विच उन्हां दा अपने मुंबई दे घर विच देहांत हो गया। ते इस तरह शायरी ते शब्दां नाल खेडण वाला ए फनकार दुनिया तों कूच कर गया। अज इन्ना ही, जल्द फिर मिलांगी गीत संगीत दी दुनिया दे किसी होर कलाकार नाल रूबरू कराउण। तुसी सुन रहे हो वीकेंड क्लासिक रेडियो शो खुशबू दे नाल, सारेगामा पंजाबी यूट्यूब चैनल ते।